बेनती जी महापुरशां दे ते संगत दे चरणां दे विच होर है। पेटा कपूरथला चलदी टूरनामेंट विच रुपिंदर जलाल ने पंजाब दे माहौल नूं देखदे होए कईआं कुछ जरूरी गल्लां उन्हां कहा कि मेरी इको बेनती है कपूरथला जिले विच जिन्ने भी टूरनामेंट होण उह 7 तों 8 बजे तक समाप्त संगत नूं कह के करवा दिया करूँ। ते नाल ही उन्होंने हाथ बन के बेनती की क्योंकि पंजाब का माहौल पहला ही ठीक नहीं तुहानू पता है। महाराज जे तुसी ये टूरनामेंट कपूरथले जिले के 7 तों 8 बजे तक समाप्त संगत नूं कह के करवा दिया करो तो उहदे नाल दी रीस नहीं होनी। बाबा जी इन्नी क बेनती है तुहाडे अगे हाथ बन के बेनती करते हैं क्योंकि पंजाब का माहौल जिहड़ा पहले ही ठीक नहीं गा तुहानू पता है। ते पंजाब दी जिहड़ी आपां मां खेड कबड्डी की गल करिए ते उह वी इक सहमी हुई जिहड़ा सहमिया होया माहौल है। पिछले समय दौरान असीं बहुत वड्डा घाटा जिहड़ा उह खाधा है संदीप नंगल अंबियां दे रूप दे विच, चाहे पंजाब दी धरती ने दीप सिद्धू दे रूप दे विच घाटा खाधा होवे, चाहे पंजाब दी धरती ने सिद्धू मूसे वाले दे रूप दे विच घाटा खाधा होवे। आ जिहड़े मुंडे कबड्डी खेडदे है इन्हां दीआं मावां दे दिल सह सह करदे है जदों घरे नहीं जांदे, बच्चा घरे नहीं आउंदा, शाम नूं शाम जदों मूंह नेरा हो जांदा उदों ही घरों फोन आउण लग जांदे भाई क्यों नहीं आया, एक मिंट दे दी हुण मेरी गल ना टोकी, क्यों नहीं आया। सो यह सानू सोचना पैना प्लेयरां नूं, कमेटी ने टूरनामेंट साल बाद करवाउणा हुंदा है ठीक है उन्हां दी भी मजबूरी हुंदी है 10-15 लाख लाउणा है 2-3 दिनां दे विच, ਉਹ ਵੀ ਚਾਹੁੰਦੇ ਨੇ ਵੀ ਅਸੀਂ ਵਧੀਆ ਥੋੜਾ ਲੌਂਗ ਚੱਲੇ। ਪਰ ਜੇਕਰ ਆਪਾਂ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਾਨੂੰ ਜਿਵੇਂ ਅੱਜ ਭੇਟਾਂ ਵਾਲਿਆਂ ਨੇ ਕੀਤਾ ਟਾਈਮ ਸਿਰ ਕਬੱਡੀ, ਦੇਖੋ 8 ਵਜੇ ਦੇ ਨੂੰ ਮੇਰਾ ਖਿਆਲ ਆ ਵੀ ਸਾਰੇ ਪਲੇਅਰ ਸਾਰੇ ਦਰਸ਼ਕ ਵਿਹਲੇ ਹੋ ਜਾਣਗੇ, 10 ਵਜੇ ਦੇ ਨੂੰ ਘਰੇ ਜਾ ਕੇ ਆਪਣੇ ਪ੍ਰਸ਼ਾਦਾ ਪਾਣੀ ਵੀ ਛਕ ਲੈਣਗੇ ਤੇ ਸਵੇਰ ਨੂੰ 8 ਵਜੇ ਤੱਕ ਸੌਣਗੇ, 8-10 ਘੰਟੇ ਰੈਸਟ ਹੋ ਜਾਊਗੀ। ਇੱਕ ਭਲਵਾਨ 8-10 ਘੰਟੇ ਨਾ ਸੌਂਗਾ ਤੇ ਉਹ ਫਿਰ ਦੂਜੇ ਦਿਨ ਖੇਡੂਗਾ ਕਿੱਥੋਂ, એનર્ਜੀ ਕਿੱਥੋਂ ਆਊਗੀ। ਸੋ ਇਹੋ ਬੇਨਤੀ ਆ ਸਾਰੀਆਂ ਕਲੱਬਾਂ ਕਮੇਟੀਆਂ ਨੂੰ ਪਲੇਅਰਾਂ ਨੂੰ ਖਾਸ ਕਰਕੇ ਵੀ ਆਪਾਂ ਇਸ ਚੀਜ਼ ਵੱਲ ਧਿਆਨ ਦਈਏ ਕਬੱਡੀ ਦੇ ਵਿੱਚੋਂ ਹਨੇਰਾ ਤੇ ਆ ਲਾਈਟਾਂ ਜੇਕਰ ਦੂਰ ਕਰ ਦਈਏ ਤੇ ਬਹੁਤ ਚੰਗਾ ਹੋਊਗਾ। ਦੂਜੀ ਬੇਨਤੀ ਸੰਗਤ ਅੱਗੇ ਪਿੰਡ ਦੇ NRI ਵੀਰਾਂ ਵੱਲੋਂ ਤੇ ਪਿੰਡ ਦੇ ਪਲੇਅਰਾਂ ਵੱਲੋਂ, ਉਹਨਾਂ ਨੇ ਇੱਕ ਅਨਾਊਂਸਮੈਂਟ ਕਰਵਾਈ ਹੈ ਵੀ ਜੇਕਰ ਸਾਡੇ ਪਿੰਡ ਦੀ 75 ਕਿਲੋ ਦੀ ਜਾਂ ਇਸ ਤੋਂ ਛੋਟੇ ਵਜ਼ਨ ਦੀ ਕੋਈ ਵੀ ਟੀਮ ਜਿੱਤ ਕੇ ਆਉਂਦੀ ਹੈ ਤਾਂ ਅਸੀਂ ਪਿੰਡ ਦੇ ਵਿੱਚ ਉਹਨਾਂ ਦਾ ਵੱਧ ਚੜ ਕੇ ਸਨਮਾਨ ਕਰਾਂਗੇ ਸਾਰੇ NRI ਵੀਰਾਂ ਦੇ ਨਾਂ ਤੇ। ਇਸ ਗੱਲ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਲਾ ਦਿਓ। ਤੇ ਉਹਨਾਂ ਨੇ ਇਹ ਵੀ ਕਿਹਾ ਪਲੇਅਰਾਂ ਨੇ ਸਾਰੇ ਜਿੰਨੇ ਮੁੰਡੇ ਆਪਣੇ ਬੈਠੇ ਆ ਬਾਹਰ, ਉਹ ਕਹਿੰਦੇ ਵੀ ਜੇ ਸਾਡੇ ਪਿੰਡ ਦੀ ਓਪਨ ਦੀ ਟੀਮ ਬਣ ਜੇ ਤੇ ਫਿਰ ਤੇ ਸਵਾਦ ਹੀ ਆ ਜੇ, ਕਹਿੰਦੇ ਵੀ ਜਿੰਨੀ ਸਪੋਰਟ ਹੋਊਗੀ ਸਾਡੇ ਵੱਲੋਂ ਉਹ ਅਸੀਂ ਕਰਾਂਗੇ। ਸੋ ਇਹ ਸੰਗਤ ਤੇ ਇਹ ਪਲੇਅਰਾਂ ਨੂੰ ਚਾਹੀਦਾ, ਦੇਖੋ ਕਈ ਪਲੇਅਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਪੋਰਟ ਨਹੀਂ ਪਰ ਉਹਨਾਂ ਕੋਲੇ ਟੈਲੈਂਟ ਹੈਗਾ। ਸੋ ਇੱਥੇ ਸਪੋਰਟ ਹੈ ਤੇ ਤੁਹਾਨੂੰ ਆਪ ਨੂੰ ਮਿਹਨਤ ਕਰਨੀ ਪੈਣੀ ਹੈ। ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿੰਨੇ ਆਏ ਹੋਏ ਪਲੇਅਰ। ਅੱਜ ਬੜਾ ਮਨ ਖੁਸ਼ ਹੋਇਆ ਵੀ ਕਬੱਡੀ ਸਮੇਂ ਸਿਰ ਹੋ ਰਹੀ ਹੈ। ਇੱਬਣ ਦੀ ਟੀਮ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜੇ ਇੱਬਣ ਦੀ ਟੀਮ ਫਾਈਨਲ ਮੈਚ ਦੇ ਲਈ। ਆਓ ਦਿਲਸ਼ਾਦ ਈਸੀ ਜੀ ਹੁਣ ਦੱਸੋ ਕੀ ਕਹਿਣਾ। ਇੱਬਣ ਦੀ ਟੀਮ ਗਰਾਊਂਡ ਦੇ ਵਿੱਚ ਆ ਜੇ ਯਾਰ ਬੇਲੀ ਗਰੋਬਲ ਸਵਰਗੀ ਗੁਰਮੇਲ ਸਿੰਘ ਜੀ ਦੀ ਯਾਦ ਦੇ